ਪੰਜਾਬ ਦੇ ਜਿਹੜੇ ਫਾਈਨੈਂਸ਼ੀਅਲ ਸਥਿਤੀ ਆ ਉਹ ਬੜੀ ਖਰਾਬ ਆ ਅਤੇ ਮੈਂ ਫੋਰਮਰ ਫਾਈਨੈਂਸ ਮਿਨਿਸਟਰ ਪਰਮਿੰਦਰ ਢੀਂਡਸਾ ਦਾ ਕਹਿਣਾ ਅਗਰ ਇਹੀ ਹਾਲਾਤ ਰਹੇ ਤਾਂ ਪੰਜਾਬ ਜਲਦੀ ਹੀ ਫਾਈਨੈਂਸ਼ੀਅਲ ਦਿਵਾਲੀਏਪਨ 'ਤੇ ਆ ਜਾਏਗਾ, ਉਹਨੂੰ ਦਿਵਾਲੀਆ ਘੋਸ਼ਿਤ ਵੀ ਕੀਤਾ ਜਾ ਸਕਦਾ। ਇਹ ਪਰਮਿੰਦਰ ਢੀਂਡਸਾ ਜੀ ਦਾ ਕਹਿਣਾ, ਅਸੀਂ ਉਸਦੇ ਪਿੱਛੇ ਕਾਰਨ ਜਾਣਦੇ ਹਾਂ ਉਹਨਾਂ ਨਾਲ ਗੱਲਬਾਤ ਕਰਕੇ। ਢੀਂਡਸਾ ਸਾਹਿਬ, ਤੁਸੀਂ ਜਿਹੜਾ ਕਿਹਾ ਵੀ ਇਹ ਦਿਵਾਲੀਆਪਨ ਵੀ ਘੋਸ਼ਿਤ ਕੀਤਾ ਜਾ ਸਕਦਾ, ਪੰਜਾਬ ਨੂੰ ਫਾਈਨੈਂਸ਼ੀਅਲ ਦਿਵਾਲੀਆਪਨ ਘੋਸ਼ਿਤ ਕੀਤਾ ਜਾ, ਇਸਦੇ ਪਿੱਛੇ ਕੀ ਕਾਰਨ ਮੰਨਦੇ ਹੋ? ਦੇਖੋ, ਹੁਣ ਤਾਂ ਕੇਂਦਰ ਤੋਂ ਇਹਨਾਂ ਨੂੰ ਕੰਪਨਸੇਸ਼ਨ ਮਿਲ ਰਹੀ ਹੈ। ਕੁੱਲ ਜਿਹੜੀ ਆਮਦਨ ਦਾ 44% GST ਦਾ ਇਹ ਕੰਪਨਸੇਸ਼ਨ ਹੈ, ਜਿਹੜੀ ਕੇਂਦਰ ਦੀ ਵੈਸੇ ਦੇਣੀ ਨਹੀਂ ਬਣਦੀ, ਪਰ ਕੇਂਦਰ ਦੀ ਕਮਿਟਮੈਂਟ ਹੈ 5 ਸਾਲ ਦੇਣ ਦੀ, ਉਹ ਦੇ ਰਹੇ ਨੇ। ਪਰ ਹੁਣ 2-2.5 ਸਾਲ ਬਾਅਦ ਉਹ ਬੰਦ ਹੋ ਜਾਏਗੀ, ਫਿਰ ਪੰਜਾਬ ਨੂੰ ਦਿਵਾਲੀਆ ਡਿਕਲੇਅਰ ਕਰਨ ਤੋਂ ਬਿਨਾਂ ਹੋਰ ਕੋਈ ਰਸਤਾ ਹੀ ਨਹੀਂ ਰਹਿਣਾ। 20,000 ਕਰੋੜ ਦੀ ਤਾਂ ਇਨਕਮ ਦੀ ਸ਼ਾਰਟਫਾਲ ਹੋ ਜਾਣੀ ਸਿੱਧੀ। ਇਹ ਮੈਂ ਤਾਂ ਕਹਿ ਰਿਹਾ ਵੀ ਇਹ ਆਪਦੀ ਜਿਹੜੀ ਮਾੜੀ ਕਾਰਗੁਜ਼ਾਰੀ ਨੂੰ ਲੁਕਾਉਣ ਦੇ ਲਈ ਇਹ ਜਿਹੜਾ ਹੁਣ ਕਦੇ ਕੇਂਦਰ ਅਤੇ ਕਦੇ ਕਿਸੇ ਦੇ, ਕੇਂਦਰ ਦਾ ਤਾਂ 1 ਮਹੀਨੇ ਦੀ ਡਿਲੇ ਹੈ ਜਿਹੜੀ GST ਦੀ ਗੱਲ, GST ਕੰਪਨਸੇਸ਼ਨ, ਉਹ ਵੀ ਕੰਪਨਸੇਸ਼ਨ ਹੈ। ਅੱਛਾ, GST ਨਹੀਂ ਹੈ, GST ਆ ਰਹੀ ਹੈ ਇਹਨਾਂ ਨੂੰ, GST ਆਪਦੀ ਇਕੱਠੀ ਕਰਕੇ ਰੱਖ ਰਹੇ ਨੇ, ਉਹ ਘੱਟ ਟੈਕਸ ਇਕੱਠਾ ਹੋਣ ਕਰਕੇ ਕੇਂਦਰ ਦੇ ਰਹੀ ਹੈ, ਕੰਪਨਸੇਸ਼ਨ ਦੇ ਰਹੀ ਹੈ। ਕੰਪਨਸੇਸ਼ਨ ਦੇਣੀ ਵੈਸੇ ਨਹੀਂ ਬਣਦੀ, ਹਾਂਜੀ, ਪਰ ਕਿਉਂਕਿ ਕੇਂਦਰ ਨੇ ਕਮਿਟਮੈਂਟ ਕੀਤੀ ਹੈ ਵੀ ਅਸੀਂ 14% ਵਾਧਾ ਤੇ ਦੇਵਾਂਗੇ, ਤਾਂ ਦੇ ਰਹੇ ਨੇ ਉਹ ਜਿਹੜੀ ਜਿਹੜੀ ਕਮਿਟਮੈਂਟ ਆ ਉਹ ਜੂਨ 2022 ਵਿੱਚ ਖਤਮ ਹੋ ਜਾਏਗੀ, ਉਦੋਂ ਬਾਅਦ ਕੰਪਨਸੇਸ਼ਨ ਬੰਦ ਹੋ ਜਾਏਗੀ। ਇਹ ਕਦੋਂ ਸ਼ੁਰੂ ਕਦੋਂ ਹੋਈ ਸੀਗੀ? ਇਹ ਹੋਈ ਸੀ 2017, 1 ਜੁਲਾਈ 2017 ਤੋਂ ਇਹ ਕੰਪਨਸੇਸ਼ਨ ਸ਼ੁਰੂ ਹੋਈ ਸੀ ਅਤੇ 30 ਜੂਨ 2022 ਨੂੰ ਇਹ ਖਤਮ ਹੋ ਜਾਏਗੀ। ਮੈਂ ਜਦੋਂ ਕਾਂਗਰਸ ਗੌਰਮੈਂਟ ਸੱਤਾ 'ਚ ਆਈ ਉਦੋਂ ਇਹ ਕੰਪਨਸੇਸ਼ਨ ਸ਼ੁਰੂ ਹੋਈ, ਉਦੋਂ ਕੰਪਨਸੇਸ਼ਨ ਸ਼ੁਰੂ ਹੋਈ, ਫਿਰ ਵੀ ਤੁਸੀਂ ਦੇਖ ਲਓ ਵੀ ਕਿੰਨਾ ਮਾੜਾ ਹਾਲ ਪੰਜਾਬ ਦੇ ਆਰਥਿਕ ਹਾਲਾਤ ਦਾ, ਅਤੇ ਇਹ ਸਰਕਾਰ ਦੀ ਕਾਰਗੁਜ਼ਾਰੀ ਦਾ ਤੁਸੀਂ ਆਪੇ ਅੰਦਾਜ਼ਾ ਲਾ ਸਕਦੇ ਹੋ। ਅਤੇ ਇਹ ਫਿਰ ਇਹ ਗੱਲ ਕੀ ਕਰ ਰਿਹਾ, ਮੈਂ ਕਾਂਗਰਸ ਹੀ ਹੁਣ ਪਿੱਛੇ ਗੱਲ ਕਰ ਰਿਹਾ ਵੀ ਜਦ ਇਹ ਸਾਨੂੰ GST ਜਿਹੜੀ ਕੰਪਨਸੇਸ਼ਨ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਅਗਰ ਰਿਲੀਜ਼ ਨਹੀਂ ਕੀਤੀ ਗਈ ਤਾਂ ਅਸੀਂ ਦਿੱਲੀ ਜਾ ਕੇ ਧਰਨਾ ਲਗਾਵਾਂਗੇ, ਮਤਲਬ ਕੰਪਨਸੇਸ਼ਨ ਤਾਂ ਇੱਕ ਤਰ੍ਹਾਂ ਦਾ ਆਸਾਨ ਹੁੰਦਾ, ਫਿਰ ਇਹ ਧਰਨੇ ਵਾਲੀ ਗੱਲ ਕਿੱਥੋਂ ਆ ਗਈ? ਕੰਪਨਸੇਸ਼ਨ ਤਾਂ ਇੱਕ ਤਰ੍ਹਾਂ ਦਾ ਆਸਾਨ ਹੀ ਹੈ, ਪਰ ਮੈਂ ਉਹੀ ਤਾਂ ਹੀ ਕਿਹਾ ਵੀ ਜਾਖੜ ਸਾਹਿਬ ਨੂੰ ਦਿੱਲੀ ਜਾ ਕੇ ਧਰਨਾ ਦੇਣ ਦੀ ਬਜਾਏ ਆਪਦੇ ਸੈਕਟਰੀਏਟ 'ਚ ਦੇ ਸਾਹਮਣੇ ਧਰਨਾ ਦੇਣਾ ਚਾਹੀਦਾ, ਆਪਦੀ ਸਰਕਾਰ ਨੂੰ ਜਗਾਉਣਾ ਚਾਹੀਦਾ ਵੀ ਜਿਹੜੇ ਹਾਲਾਤਾਂ ਵੱਲ ਤੁਸੀਂ ਪੰਜਾਬ ਨੂੰ ਧੱਕ ਰਹੇ ਹੋ ਪੰਜਾਬ ਤੁਹਾਨੂੰ ਕਦੇ ਮਾਫ਼ ਨਹੀਂ ਕਰੇਗਾ। ਇਸਦਾ ਇਹ ਅਜਿਹੀ ਸਥਿਤੀ ਆ ਕਿਉਂ ਗਈ? ਤੁਸੀਂ ਤਾਂ ਫਾਈਨੈਂਸ ਮਿਨਿਸਟਰ ਰਹੇ ਹੋ ਵੀ ਆਹ ਸਥਿਤੀ ਕਿਉਂ ਆ ਗਈ? ਸਾਡੀ ਸਟੇਟ ਤਾਂ ਸਭ ਤੋਂ ਅਮੀਰ ਸਟੇਟ ਹੁੰਦੀ ਸੀਗੀ, ਅਸੀਂ ਤਾਂ ਟੋਪ 'ਤੇ ਰਹਿਣ ਵਾਲੇ ਹਾਂ, ਅਸੀਂ ਇਸ ਟਾਈਮ ਬਿਲਕੁਲ ਨੀਚੇ ਚਲੇ ਗਏ। ਦੇਖੋ, ਇਹਨਾਂ ਦੀ ਆਮਦਨ ਘੱਟ ਰਹੀ ਹੈ, ਖਰਚੇ ਵੱਧ ਰਹੇ ਨੇ। ਜਿੰਨੀ GST ਦੀ ਆਮਦਨ ਸਾਡੇ ਵੇਲੇ ਸੀ ਉਸ ਤੋਂ ਵੀ ਆਮਦਨ ਘੱਟ ਗਈ 3 ਸਾਲਾਂ 'ਚ, ਜਿਹੜੀ ਵਧਣੀ ਚਾਹੀਦੀ। ਸਾਡੇ ਵੇਲੇ ਆਮਦਨ ਤਕਰੀਬਨ 8% ਹਰ ਸਾਲ ਵੱਧ ਰਹੀ ਸੀ, ਇਹਨਾਂ ਦੇ ਵੇਲੇ ਘੱਟ ਗਈ। ਅਤੇ ਹੁਣ ਦੱਸੋ ਫਿਰ ਆਪੀ ਮਾੜੇ ਹਾਲਾਤ ਹੋਣੇ ਨੇ ਜਾਂ ਕਿਉਂ ਘੱਟ ਗਈ? ਮੈਂ ਬਿਜ਼ਨਸ ਘੱਟ ਗਿਆ ਜਾਂ ਕੋਈ ਹੋਰ ਕਾਰਨ ਹੈ? ਕਾਰਗੁਜ਼ਾਰੀ, ਟੈਕਸ ਕੰਪਲਾਈਂਸ, ਅਧਿਕਾਰੀਆਂ ਦੇ ਧਿਆਨ ਨਾ ਦੇਣਾ, ਅਤੇ ਦੂਸਰਾ ਜਿਹੜਾ ਹੈ ਵੀ ਜਿਹੜੀ ਐਕਸਾਈਜ਼ ਹੈ ਉਹਦੀ ਬਹੁਤ ਵੱਡੇ ਪੱਧਰ 'ਤੇ ਚੋਰੀ ਜਿਹੜੀ ਹੋ ਰਹੀ ਹੈ ਪੰਜਾਬ ਵਿੱਚ, ਇਹ 2 ਵੱਡੇ ਕਾਰਨ ਨੇ ਜਿਹਦੇ ਕਰਕੇ ਆਮਦਨ ਘੱਟ ਰਹੀ ਹੈ। ਕੋਈ ਸਲਾਹ ਦੇਣਾ ਚਾਹੋਗੇ? ਸਲਾਹ ਤਾਂ ਮੈਂ ਇਹੀ ਕਹੂੰਗਾ ਵੀ ਤੁਸੀਂ ਆਪਦੇ ਅਧਿਕਾਰੀਆਂ ਨੂੰ ਖਿੱਚੋ, ਚੋਰੀ ਬੰਦ ਕਰੋ, ਅਤੇ ਪੰਜਾਬ ਦੇ ਆਰਥਿਕ ਹਾਲਾਤ ਵਾਸਤੇ ਚੰਗੀ ਜਿਹੜਾ ਹੈ ਲੋਕਾਂ ਨੂੰ ਚੰਗੀ ਪੋਲਿਸੀ ਦਿਓ, ਲੋਕਾਂ ਦਾ ਵਿਸ਼ਵਾਸ ਬਣਾਓ। ਪਿੱਛੇ ਆ ਮੈਨੂੰ ਦੱਸ ਰਹੇ ਸੀਗੇ ਵੀ ਕਈ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਨੇ ਇੰਡਸਟਰੀਜ਼ ਉਹ ਬੰਦ ਹੋ ਕੇ ਜਾ ਰਹੀਆਂ। DCM ਜਿਹੜੀ ਆ ਉਹਨਾਂ ਨੇ ਨੋਟਿਸ ਦਿੱਤਾ ਬੰਦ ਕਰਨ ਦਾ, ਜਿਹੜੀ 40 ਸਾਲ ਤੋਂ ਪੰਜਾਬ ਦੀ ਬਹੁਤ ਵੱਡੀ ਇੰਡਸਟਰੀ ਸੀ ਜਿਹਦੇ 'ਚ ਮਕੈਨੀਕਲ ਕੰਪੋਨੈਂਟਸ ਕਾਰਾਂ ਦੇ, ਟਰੱਕਾਂ ਦੇ, ਬੱਸਾਂ ਦੇ ਬਣ ਕੇ ਜਾਂਦੇ ਸੀ, ਅੱਜ ਉਹ ਬੰਦ ਕਰ ਰਹੇ ਨੇ। ਕਦੇ ਕਿਤੇ ਲੇਬਰ ਦੀ ਪ੍ਰੋਬਲਮ ਹੈ, ਕਿਤੇ ਕੋਈ ਪ੍ਰੋਬਲਮ ਹੈ, ਅਤੇ ਇਹ ਸਾਰੇ ਕਾਰਨ ਨੇ ਜਿਹਦੇ ਕਰਕੇ ਜਿਹੜਾ ਹੈ ਇੰਡਸਟਰੀ ਦਾ ਨੁਕਸਾਨ ਹੋ ਰਿਹਾ, ਇਹਦੇ ਕਰਕੇ ਪੰਜਾਬ ਦੀ ਆਮਦਨ ਘੱਟ ਰਹੀ ਹੈ। ਥੈਂਕ ਯੂ। ਇਹ ਸੀਗੇ ਪਰਮਿੰਦਰ ਢੀਂਡਸਾ ਜੀ, ਜਿਨ੍ਹਾਂ ਦਾ ਮੰਨਣਾ ਹੈ ਕਿ ਜਲਦ ਹੀ ਜਦੀ ਪੰਜਾਬ ਦੀ ਟੈਕਸ ਕਲੈਕਸ਼ਨ ਦੇ ਉੱਤੇ ਧਿਆਨ ਨਾ ਦਿੱਤਾ ਗਿਆ ਜਾਂ ਉਹਨੂੰ ਨਹੀਂ ਵਧਾਇਆ ਗਿਆ ਤਾਂ ਪੰਜਾਬ ਜਿਹੜੀ ਕਿ ਇੱਕ ਵਾਰੀ ਇੱਕ ਸਿਰ 'ਤੇ ਤਾਜ ਵਾਲੀ ਸਟੇਟ ਸੀਗੀ, ਸਭ ਤੋਂ ਜ਼ਿਆਦਾ ਆਮਦਨ ਵਾਲੀ ਸਟੇਟ ਸੀਗੀ, ਉਹ ਇਸ ਟਾਈਮ ਸਭ ਤੋਂ ਨੀਚੇ ਆ ਔਰ ਫਾਈਨੈਂਸ਼ੀਅਲ ਦਿਵਾਲੀਆਪਨ ਵੱਲ ਵੱਧ ਰਹੀ ਆ ਔਰ ਜਲਦ ਹੀ ਫਾਈਨੈਂਸ਼ੀਅਲ ਦਿਵਾਲੀਆ ਘੋਸ਼ਿਤ ਹੋ ਸਕਦੀ ਹੈ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਉਮਾ ਯਾਦਵ ਦੇ ਨਾਲ ਦੈਨਿਕ ਸਵੇਰਾ TV ਲਈ ਚੰਡੀਗੜ੍ਹ ਤੋਂ।